ਸੁਦਾਈ ਕਹਿੰਦੇ 2 ਸਾਲ ਬੇਮਿਸਾਲ ਲੱਗਦੇ ਨਹੀਂ 2 ਸਾਲ ਬੇਮਿਸਾਲ ਉਹਨਾ ਦੇ ਨਹੀਂ ਸਾਡੇ ਜਿਹੜੇ ਗੁਰਦੁਆਰਿਆਂ ਦੇ ਭਾਈ ਨੇ ਜਿਹੜੇ ਸੇਵਾਦਾਰ ਨੇ ਉਹਨਾਂ ਨੂੰ ਤਨਖਾਹ ਨਹੀਂ ਮਿਲ ਰਹੀ ਮਗਰ ਜੀ ਲੰਗਰ ਦੀ ਸੇਵਾ ਕੀਤੀ ਹੈ 40 45 ਕਰੋੜ ਰੁਪਏ ਦੇ ਲਈ ਤੁਸੀਂ ਫੀਸ ਨਾ ਦਿਓ ਲੋਕਾਂ ਦੇ ਲੋਕਾਂ ਦੇ ਕਰ ਖਾਣਾ ਨਹੀਂ ਆਏਗਾ ਤੁਸੀਂ ਬਾਹਰ ਲੋਕਾਂ ਇਸ ਲੰਗਰ ਦੀ ਸੇਵਾ ਕਰਕੇ ਦਿਖਾ ਰਹੇ ਹੋ ਬਾਕੀ ਕੁਝ ਨਹੀਂ ਕਰ ਰਹੇ ਮਨਜੀਤ ਸਿੰਘ ਜੀ ਕੇ ਜੀ ਉਹ ਕਿਉਂ ਮਨਜੀਤ ਸਿੰਘ ਜੀ ਕੇ ਬਾਬੇ ਉਹ ਮਨਜੀਤ ਸਿੰਘ ਜੀ ਕੀਤੇ ਇਨਾ ਇਲਜ਼ਾਮ ਲੱਗੇ ਕਿ ਕ腐ਸ਼ਨ ਦੇ ਕੋਈ ਗੱਲ ਨਹੀਂ ਜਦੋਂ ਤੇ ਲੱਗਦੇ ਨੇ ਉਹ ਰੀਲਾਂ ਤਲ ਜਾਣਗੇ ਸਾਰੇ ਕਰਪਸ਼ਨ ਕੋਈ ਕੋਈ ਹਲੇ ਉਹ ਤਾਂ ਨਹੀਂ ਹੋਇਆ ਕਿ ਸਾਬਿਤ ਕਰੋ ਕਰਪਸ਼ਨ ਕੀਤੀ ਇਹਨਾਂ ਨੇ ਇਹ ਤੁਸੀਂ ਆਪਣੇ ਜੋ ਮਰਜੀ ਪੱਟੀਆਂ ਲਗਾਓ ਜਾਂ ਬਿੱਲ ਲਗਾਓ ਜੋ ਮਰਜੀ ਲਗਾਓ ਉਹਨੂੰ ਸਾਬਿਤ ਕਰੋ ਕੋਰਟ ਵਿੱਚ ਪਹਿਲੇ ਮਨਜੀਤ ਸਿੰਘ ਜੀ ਕੇ ਦਾ علاوہ ਮੈਨੂੰ ਤਾਂ ਕੋਈ ਨਜ਼ਰ ਨਹੀਂ ਆਉਂਦਾ ਕਿ ਕੋਈ ਹੋਰ ਪ੍ਰਧਾਨ ਬਣੇਗਾ ਔਰ ਜਿਹੜੀ ਪਿਛਲੀ ਇਲੈਕਸ਼ਨ ਜਿੱਤੀ ਆ ਉਹ ਵੀ ਇਹਨਾਂ ਦੇ ਨਾਂ ਤੇ ਜਿੱਤੀ ਗਈ ਹੈ ਨਾ ਕਿ ਸਾਡੇ ਦੇ ਨਾਂ ਸਿਰਫ ਇਹਨਾਂ ਦੇ ਏ ਬਸ ਇੱਕ ਗੇਮ ਖੇਡੀ ਗਈ ਹੈਗੀ ਇਹਨਾਂ ਨੂੰ ਬਾਹਰ ਕੱਢਣ ਵਾਸਤੇ ਬਣਨੇ ਤਾਂ ਜਗੀ ਸਾਹਿਬ ਵੀ ਬਣ ਗਏ ਕਿਉਂ ਬਣਨ ਗਏ ਮਾਲਕੋ ਕੀ ਕੀਤਾ ਜਗੀ ਸਾਹਿਬ ਨੇ ਜੋ ਪੁਰਾਣਾ ਇਤਿਹਾਸ ਜੋ ਅੱਜ ਤੱਕ ਦਬਿਆ ਹੋਇਆ ਸੀਗਾ ਫਤਿਹ ਮਾਰਚ ਉਹ ਲਾਲ ਗਿੱਲ ਕਿੰਨੇ ਪ੍ਰੋਗਰਾਮ ਕਰਾਏ ਉਹ ਇਹਨਾਂ ਨੇ ਕਰਵਾਏ ਆ ਸਸ਼ਟ੍ਰੀਕਾਲ ਦੋਸਤੋ ਸਵਾਗਤ ਹੈ ਤੁਹਾਡਾ ਵੌਇਸ ਆਫ ਇੰਡੀਆ ਨਵੇਂ ਪ੍ਰੋਗਰਾਮ ਕੌਣ ਬਣੇਗਾ ਗੁਰਦੁਆਰਾ ਕਮੇਟੀ ਦਾ ਪ੍ਰਧਾਨ ਜੀ ਹਾਂ ਦੋਸਤੋ ਗੁਰਦੁਆਰਾ ਕਮੇਟੀ ਚੋਣ ਆਉਣ ਵਾਲੀ ਹੈ ਤੇ ਉਹਦੇ ਲਈ ਸੀ ਲੈ ਕੇ ਆਇਆ ਕੌਣ ਬਣੇਗਾ ਗੁਰਦੁਆਰਾ ਕਮੇਟੀ ਦਾ ਪ੍ਰਧਾਨ ਤੇ ਸਾਡੇ ਨਾਲ ਕੁਝ ਸਿੱਖ ਸੰਗਤ ਮੌਜੂਦ ਹੈਗੀ ਹੈ ਉਹਨਾਂ ਨੂੰ ਪੁੱਛਦੇ ਹਾਂ ਕਿ ਆਉਣ ਵਾਲੇ ਚੋਣਵਾ ਦੇ ਅੰਦਰ ਉਹਨਾਂ ਦੀ ਕੀ ਰਾਏ ਹੈਗੀ ਹੈ ਤੇ ਕਿੰ ਨੂੰ ਜਾਣਗੇ ਕੌਣ ਬਣੇਗਾ ਗੁਰਦੁਆਰਾ ਕਮੇਟੀ ਦਾ ਪ੍ਰਧਾਨ ਤੇ ਅਸੀਂ ਸ਼ੁਰੂ ਕਰ ਸਿੱਖ ਸੰਗਤ ਨਾਲ ਨਾ ਕੀਆ ਗਿਆ ਮੇਰਾ ਨਾਮ ਹਰਜੀਤ ਸਿੰਘ ਹੈ ਜੀ ਹਰਜੀਤ ਸਿੰਘ ਜੀ ਗੁਰਦੁਆਰਾ ਕਮੇਟੀ ਚੋਣਾਂ ਆ ਰਹੀਆਂ ਨੇ ਪਿੱਛੇ ਸਾਡੇ ਫਲੈਕਸ ਦਿਖੇ ਬੋਰਡ ਲੱਗਿਆ ਹੋਇਆ ਹੈ ਜੀ ਚਾਰ ਆਪਸ਼ਨਸ ਨੇ ਇਸ ਤੋਂ ਇਲਾਵਾ ਤੁਹਾਨੂੰ ਕੋਈ ਆਪਸ਼ਨ ਨਜ਼ਰ ਆਂਦੀ ਹੈ ਕਿ ਪ੍ਰਧਾਨ ਬਣਨ ਦੀ ਕਿਹਨੂੰ ਲੱਗਦਾ ਕੋਲ ਬਣੇਗਾ ਪ੍ਰਧਾਨ ਮੇਰੇ ਸਾਹਮਣੇ ਸਿਰਫ ਮਨਜੀਤ ਸਿੰਘ ਜੀ ਕੇ ਦਾ ਇਲਾਵਾ ਮੈਨੂੰ ਤਾਂ ਕੋਈ ਨਜ਼ਰ ਨਹੀਂ ਆਂਦਾ ਕਿ ਕੋਈ ਹੋਰ ਪ੍ਰਧਾਨ ਬਣੇਗਾ ਕਿਉਂ ਮਨਜੀਤ ਸਿੰਘ ਜੀ ਕੇ ਐਨੇ ਲਾਂਗ ਵਗਰੇ ਕਰਪਸ਼ਨ ਦੀ ਕੀ ਗੱਲ ਕਰਦੇ ਹੋ ਬਹੁਤ ਲੰਬੇ ਟਾਈਮ ਤੋਂ ਦਿੱਲੀ ਦੇ ਰਾਜਨੀਤੀ ਨੂੰ ਸਮਝਾ ਰਹੇ ਨੇ ਸੰਭਾਲ ਰਹੇ ਨੇ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਦਿੱਲੀ ਸਿ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਬਹੁਤ ਚੰਗਾ ਕੰਮ ਕਰ ਰਹੀ ਹੈ ਕਿਸੇ ਕੀ ਕੰਮ ਕਿਤਾ 6 ਸਾਲ ਐ ਲੋਕ ਕੀ ਕਰੇ ਐਨਾ ਕਰਪਸ਼ਨ ਕਰ ਕੇ ਕਿ ਤਾਂ ਬਾਰਟੀ ਨੇ ਬਾਹਰ ਕੱਢਤਾ ਤੁਸੀਂ ਵਧੀ ਐ ਬਸ ਇੱਕ ਗੇਮ ਖੇਡੀ ਗਈ ਹੈਗੀ ਇਹਨਾਂ ਨੂੰ ਬਾਹਰ ਕੱਢਣ ਵਾਸਤੇ ਜਿੰਨੇ ਵੀ ਇਲਜ਼ਾਮ ਲੱਗਣ ਸਾਰੇ ਛੁੱਟੇੜੇ ਅੱਜ ਵੀ ਕਿਹਦੇ ਕੋਰਟ ਚ ਕੀ ਚੱਲ ਰਿਹਾ ਤੁਸੀਂ ਕੋਰਟ ਇਸ ਕੇਸ ਚੱਲ ਰਿਹਾ ਕੋਰਟ ਤੋਂ ਕੋਰਟ ਵਿੱਚ ਕੇਸ ਹਰ ਕਿਸੇ ਵਾਸਤੇ ਚੱਲਦਾ ਹੈ ਅਦਾਇਆ ਮਤਲਬ ਨਹੀਂ ਕਿ ਸਾਰੇ ਇਲਜ਼ਾਮ ਸੱਚੇ ਹੀ ਹੁੰਦੇ ਨੇ ਸਰਸਾ ਜੀ ਵਰਗੇ ਬੰਦੇ ਜਿਹੜੇ ਐਨੇ ਕਰੋੜਪਤੀ ਬੰਦੇ ਆ ਗਏ ਨੇ ਉਹਨਾਂ ਨੇ ਇਲਜ਼ਾਮ ਲਗਾਇਆ ਜੀ ਕੇ ਸਾਹਿਬ ਦੇ ਤਾਂ ਕਿ ਮੈਂ ਸਿਰਫ ਇਹਦਾ ਇੱਕੋ ਹੀ ਜਵਾਬ ਹੈਗਾ ਜੀ ਤੁਸੀਂ ਇਲਜ਼ਾਮ ਤੇ ਕਿਸੇ ਤੋਂ ਕਿਵਾਂ ਜਿਹਾ ਵੀ ਇਲਜ਼ਾਮ ਲਗਾ ਦਿਓ ਜਿਸ ਟਾਈਮ ਸਾਬਿਤ ਹੋਏਗਾ ਜਿਸਨ ਕੋਰਟ ਵਿੱਚ ਪ੍ਰੂਵ ਹੋਵੇ ਨਾ ਤਮ ਮੰਨਿਆ ਜਾਂਦਾ ਹੈ ਤੇ ਜੀ ਕਹਿੰਦੇ 2 ਸਾਲ ਬੇਮਿਸਾਲ ਲੱਗਦੇ ਨਹੀਂ 2 ਸਾਲ ਬੇਮਿਸਾਲ ਹੋਣਾ ਦੇ ਨਹੀਂ ਆਪਣੇ ਨੂੰ ਨਹੀਂ ਲੱਗਦੇ ਕਰੋਨਾ ਕਾਲ ਤੋਂ ਦੇਖ ਲੋ ਕੀ ਹਾਲ ਹੈ ਵੀ ਸਾਡੇ ਗੁਰਦੁਆਰੇ ਪ੍ਰਬੰਧਕ ਕਮੇਟੀ ਜਿੰਨੇ ਵੀ ਸਕੂਲ ਨੇ ਅੱਜ ਤੱਕ ਕਿਸ ਨੂੰ ਤਨਖਾਹ ਨਹੀਂ ਮਿਲੀ ਸਾਡੇ ਜਿਹੜੇ ਗੁਰਦੁਆਰੇ ਦੇ ਭਾਈ ਨੇ ਜਿਹੜੇ ਸੇਵਾਦਾਰ ਨੇ ਉਹਨਾਂ ਨੂੰ ਤਨਖਾਹ ਨਹੀਂ ਮਿਲ ਰਹੀ ਤੁਹਾਡਾ ਨਾ ਕੀ ਹੈਗਾ ਸੁਰਿੰਦਰ ਸਿੰਘ ਸੁਰਿੰਦਰ ਸਿੰਘ ਜੀ ਇੱਕ ਗੱਲ ਤੁਹਾਨੂੰ ਪੁੱਛ ਜਾਵਾਂਗਾ ਕਮੇਟੀ ਚੋਣ ਹੁਣ ਆਉਣ ਵਾਲੇ ਨੇ ਸਿੰਪਲ ਜਿਹਾ ਸਵਾਲ ਇੱਕੋ ਸਵਾਲ ਕੌਣ ਬਣੇਗਾ ਗੁਰਦਾਰਾ ਕਮੇਟੀ ਦਾ ਪ੍ਰਧਾਨ ਮਨਜੀਤ ਸਿੰਘ ਜੀ ਕੇ ਜੀ ਮਨਜੀਤ ਸਿੰਘ ਜੀ ਕੇ ਬਾਬੇ ਮਨਜੀਤ ਸਿੰਘ ਜੀ ਕਿਤੇ ਇੰਨਾ ਇਲਜ਼ਾਮ ਲੱਗੇ ਕਿ ਕਰਪਸ਼ਨ ਦੇ ਕੋਈ ਗੱਲ ਨਹੀਂ ਇਲਜ਼ਾਮ ਤੇ ਲੱਗਦੇ ਹੀ ਨੇ ਕੋਈ ਇਲਜ਼ਾਮ ਤੁੱਲ ਜਾਣਗੇ ਸਾਰੇ ਕੋਈ ਤੁੱਲ ਜਾਣਗੇ ਕੋਈ ਇਲਜ਼ਾਮ ਹੋਵੇ ਤੇ ਲੱਗੇ ਨਾ ਜੀ ਇਲਜ਼ਾਮ ਕੋਈ ਨਹੀਂ ਜੀ ਉਹ ਇਲਜ਼ਾਮ ਲਗਾਉਂਦੇ ਨੇ ਲਗਾਉਂਦੇ ਰਹੇ ਬਾਕੀ ਇਲਜ਼ਾਮ ਕੋਈ ਨਹੀਂ ਹੈਗਾ ਜੀ ਉਹਨੂੰ ਅਰਮਿੰਦ ਸਿੰਘ ਕਾਲਾ ਨਜ਼ਰ ਨਹੀਂ ਆ ਰਹੇ ਉਹਨੂੰ ਸਿਰਸਾ ਹੀ ਨਜ਼ਰ ਨਹੀਂ ਆ ਰਹੇ ਨਹੀਂ ਜੀ ਯਾਰ ਇੰਨੇ ਮਤਲਬ ਸੌਕਾਰ ਸਾਮੀ ਹੈਗੇ ਨੇ ਇੰਨਾ ਕਰੋਨਾ ਕਾਲ ਸੇਵਾ ਕੀਤੀ ਉਹਨਾਂ ਨੇ ਸਿੱਖੀ ਦੀ ਇੰਨਾ ਲੰਗਰ ਲਗਾਇਆ ਤੇ ਦਰ ਨਜ਼ਰ ਹੀ ਨਹੀਂ ਆ ਰਹੇ ਦੋਨੋਂ ਸ਼ਖਸ ਅੱਛਾ ਸੌਕਾਰੀ ਇਹ ਕਹਿੰਦੀ ਹੈ ਕਿ ਜੀ ਉਹ ਠੀਕ ਸਾਊਕਰੀ ਕਾਲ ਨੂੰ ਪੈਸੇ ਦੇ ਕੇ ਬਨ ਜਾਓ ਠੀਕ ਹੈ ਜੋ ਕੰਮ ਗਲਤ ਕਰੇਗਾ ਉਹ ਸਾਊਕਰ ਹੋ ਜਾਓ ਠੀਕ ਹੈ ਔਰ ਜੋ ਬੰਦਾ ਕੰਮ ਸਹੀ ਕਰ ਰਿਹਾ ਹੈ ਉਹ ਗਲਤ ਹੈ ਕੀ ਕੰਮ ਕੀਤਾ ਮਨਜੀ ਸਿੰਘ ਜੀ ਕੇ ਨੇ ਪਿਛਲੇ 5-6 ਸਾਲਾਂ ਤੋਂ ਪ੍ਰਧਾਨ ਰਹੇ ਨੇ ਕ腐ਸ਼ਨ ਦੇ علاوہ ਕੀ ਕੰਮ ਕੀਤਾ ਗੁਰਦੁਆਰਾ ਕਮੇਟੀ ਦੇ ਕਾਫੀ ਕੰਮ ਜਿਹੜੇ ਦੇਖਣ ਨੂੰ ਹੈ ਕਿਉਂਕਿ ਜੇ ਹੁਣੇ ਵੀਰ ਜੀ ਦਸਰੇ ਸੀ ਕਿ ਵੀ ਜਿਵੇਂ ਮੈਨੇਜਮੈਂਟ ਨੂੰ ਸੈਲਰੀ ਵਗੈਰਾ ਨਹੀਂ ਹੈ ਉਹਨਾਂ ਦੇ ਟਾਈਮ ਚੈੱਕ ਉਹਨਾਂ ਚ ਨਹੀਂ ਮਿਲਿਆ ਗਿਆ ਕਿ ਵੀ ਮੈਨੇਜਮੈਂਟ ਨੂੰ ਸੈਲਰੀ ਨਹੀਂ ਮਿਲ ਰਹੀ ਮਗਰ ਉਹਨਾਂ 'ਤੇ ਇਲਜ਼ਾਮ ਲੱਗੇ ਕ腐ਪਸ਼ਨ ਦੇ ਨੇ ਵੱਡੇ ਵੱਡੇ ਇਲਜ਼ਾਮ ਲੱਗੇ ਪਰ ਉਹ ਕੋਈ ਵੀ ਇਲਜ਼ਾਮ ਸਾਬਿਤ ਅਜੇ ਤੱਕ ਨਹੀਂ ਹੋਇਆ ਕਿ ਜਦ ਤੱਕ ਕੋਈ ਵੀ ਇਲਜ਼ਾਮ ਸਾਬਿਤ ਨਹੀਂ ਹੋ ਸਕਦਾ ਜਦ ਤੱਕ ਤੁਸੀਂ ਉਹਨੂੰ ਕ腐ਪਟ ਨਹੀਂ ਕਹਿ ਸਕਦੇ ਚਾਹੇ ਉਹ ਕੋਰਟ ਦੇ ਅੰਦਰ ਹੈ ਕਿਉਂਕਿ ਅਗਰ ਉਹਨਾਂ 'ਤੇ ਕੋਈ ਐਦਾਂ ਦਾ ਇਲਜ਼ਾਮ ਹੁੰਦਾ ਤਾਂ ਉਹ ਜ਼ਰੂਰ ਹੁਣ ਤੱਕ ਸਾਬਿਤ ਹੁੰਦਾ ਔਰ ਜੋ ਕਿ ਦੇਖਿਆ ਜਾ ਰਿਹਾ ਹੈ ਕਿ ਇਸ ਟਾਈਮ ਜਿਹੜਾ ਸੰਗਤ ਦਾ ਰੁਝਾਨ ਹੈ ਉਹ ਕਾਫੀ ਚੁਕਾਬ ਜਿਹੜਾ ਹੈ ਮਨਜੀਤ ਸਿੰਘ ਜੀ ਕੇਵਲ ਆ ਰਿਹਾ ਹੈ ਆ ਰਹੇ ਨੇ ਕੌਣ ਬਣਿਆ ਗੁਜ਼ਾਰਾ ਕਮੇਟੀ ਦਾ ਪ੍ਰਧਾਨ ਤੁਹਾਡੇ ਕੋਲ ਚਾਰ ਆਪਸ਼ਨ ਹੈਗੇ ਪੰਜ ਉਹ ਤੁਸੀਂ ਦੇਣਾ ਚਾਹੋ ਦੇ ਸਕਦੇ ਹੋ ਜੀ ਕੇ ਸਾਹਿਬ ਹੈਗੇ ਦੇਖ ਲਓ ਜੀ ਇਹਨਾਂ ਦੇ ਫਾਦਰ ਵੀ ਪਹਿਲਾਂ ਲੱਗੇ ਹੋਏ ਸੀ ਪਹਿਲਾਂ ਗੁਰਵਿੰਦਰ ਕਮੇਟੀ ਸਾਰਾ ਕੰਮ ਉਹਨਾਂ ਨੇ ਸੰਤੋਖ ਸਿੰਘ ਜੀ ਕੀਤਾ ਤਾਂ ਉਹਨਾਂ ਦੀ ਦੇਖ ਦੇਖ ਇਸ ਇਹਨਾਂ ਨੇ ਕੰਮ ਕੀਤਾ ਅੱਗੇ ਅੱਗੇ ਪੋਲ ਸਿੱਖਿਆ ਸਾਰੀ ਸਿੱਖੀ ਅੱਗੇ ਕਿਹਦਾ ਸੇਵਕ ਪ੍ਰਧਾਨ ਨੂੰ ਪਸੰਦ ਨਹੀਂ ਆਏ ਦਿੱਲੀ ਕਮੇਟੀ ਨੂੰ ਨਵੇਂ ਪਲਾਨ ਨੂੰ ਪਸੰਦ ਨਹੀਂ ਆ ਰਹੇ ਸਿਰਸਾ ਜੀ ਹੋਵੇ ਕੱਲ੍ਹ ਕੇ ਤੁਰ ਪਸੰਦ ਨਹੀਂ ਆ ਰਹੇ ਨਹੀਂ ਜੋ ਬੈਟਰ ਹੈ ਸੋ ਉਹ ਹੀ ਗੱਲ ਕਰ ਬੈਟਰ ਕੀ ਕੀਤਾ ਜੀ ਕੇ ਸਾਹਿਬ ਨੇ ਕੀ ਬੈਟਰ ਕੀਤਾ ਪਹਿਲਾਂ ਕਿੰਨੇ ਕੰਮ ਕੀਤੇ ਪਹਿਲਾਂ ਉਸ ਤੋਂ ਇਹਨਾਂ ਤੋਂ 2 ਸਾਲ ਪਹਿਲਾਂ ਸਾਰੀ ਤੁਸੀਂ ਦੇਖੋ ਕੰਮ ਕਿਹੜੇ ਕੀਤੇ ਕਿਹੜੇ ਨਹੀਂ ਕੀਤੇ ਜਿਹੜਾ ਕੰਮ ਤੁਸੀਂ ਦੱਸੋ ਸਹੀ ਕਿਹੜਾ ਕੰਮ ਕੀਤਾ ਸਾਰੀ ਕ腐ਸ਼ਨ ਦਾ ਲਵਾ ਕਿਹੜਾ ਕੰਮ ਕੀਤਾ ਕ腐ਸ਼ਨ ਕੋਈ ਕੋਈ ਹਲੇ ਉਹ ਤਾਂ ਨਹੀਂ ਹੋਇਆ ਕਿ ਸਾਬਿਤ ਹੈ ਕ腐ਸ਼ਨ ਕੀਤੀ ਇਹਨਾਂ ਨੇ ਇਹ ਤੁਸੀਂ ਆਪਣੇ ਜੋ ਮਰਜੀ ਪੱਟੀਆਂ ਲਗਾਓ ਜਾਂ ਬਿੱਲ ਲਗਾਓ ਜੋ ਮਰਜੀ ਲਗਾਓ ਉਹਨੂੰ ਸਾਬਿਤ ਕਰੋ ਕੋਰਟ ਵਿੱਚ ਪਹਿਲੇ ਤਾਂ ਹੀ ਤੁਸੀਂ ਕਹਿ ਸਕਦੇ ਹੋ ਨਾ ਸਿਰਫ ਇਹ ਕਹਿੰਦੇ ਨੇ 2 ਸਾਲ ਬੇਮਿਸਾਲ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਐਦਾ ਤਾਂ ਕੁਝ ਨਹੀਂ ਜੋ ਆਦਮੀ ਕਹਿ ਰਿਹਾ ਥੋੜੀ ਕੋ ਸਹੀ ਕਹਿ ਰਿਹਾ ਜਾਂ ਗਲਤ ਕਹਿ ਰਿਹਾ ਇਹਦਾ ਕੁਛ ਨਹੀਂ ਕਹਿ ਸਕਦੇ ਇਹਦਾ ਪਿੱਛੇ ਬੈਕਗਰਾਉਂਡ ਦੇਖੋ ਕਿ ਇਹਨਾਂ ਦੇ ਕੀ ਵਾਅਦੇ ਨੇ ਕੰਮ ਕੀਤਾ ਕਿਦਾਂ ਉਹਨਾਂ ਨੇ ਸੰਤੋਖੇ ਨੇ ਕੋਤਵਾਲੀ ਲਈ ਦਾ ਗਾਂਧੀ ਜੀ ਕੋ ਉਹਨਾਂ ਨੇ ਸਭ ਕੰਮ ਕੀਤੇ ਹੁਣ ਅੱਗੇ ਵੀ ਦੋਸ ਐਸ ਕੋਰੋਨਾ ਗਾਲ ਦੇਦਾ ਅੱਧਾ ਲੰਗਰ ਲਗਾਤਾ 40 45 ਕਰੋੜ ਲੰਗਰ ਤੇ ਖਰਚ ਕਰਤਾ ਮਾਨਨ ਦੀ ਸੇਵਾ ਕੀਤੀ ਸੀ ਮੰਨਦੇ ਹੀ ਨਹੀਂ ਬਣਨ ਸੇਵਾ ਨੂੰ ਨਹੀਂ ਉਹਨਾਂ ਦੀ ਸੇਵਾ ਆਪਣੀ ਜਗ੍ਹਾ ਠੀਕ ਹੈ ਪਰ ਇਹਨਾਂ ਦੇ ਵੀ ਜੋ ਕੰਮ ਕੀਤੇਗਾ ਉਹ ਵੀ ਦੇਖੋ ਨਾ ਪਹਿਲੇ ਤੁਸੀਂ ਨਹੀਂ ਅੱਗੇ ਨਹੀਂ ਅੱਗੇ ਤਾਂ ਉਹਨਾਂ ਦੇ ਵੀ ਚਾਂਸ ਸਕੇ ਦੇਣੇ ਚਾਹੀਦੇ ਦੇਖੋ ਕਿਦਾਂ ਹੁੰਦੇ ਨੇ ਦੇ ਇੱਕ ਆਖਰੀ ਸਵਾਲ ਤੁਹਾਡੇ ਤੋਂ ਤੇ ਪਹਿਲਾ ਸਵਾਲ ਵੀ ਇਹ ਹੀ ਹੋਇਆ ਹੈ ਕਿ ਕੌਣ ਬਣੇਗਾ ਗੁਰਦਾਰਾ ਕਮੇਟੀ ਦਾ ਪ੍ਰਧਾਨ ਤੇ ਕੌਣ ਬਣੇਗਾ ਦੇਖੋ ਚਾਰ ਹਜ਼ਾਰ ਨਜ਼ਰ ਆ ਰਹੀਆਂ ਨੇ ਪੰਜ ਦਿਨਾਂ ਚੋ ਦੇ ਸਕਦੇ ਹੋ ਬਣਨੇ ਤਾਂ ਜਗੀ ਸਾਹਿਬ ਹੀ ਬਣਗੇ ਕਿਉਂ ਬਣਨਗੇ ਮਾਲਕੋ ਕੀ ਕੀਤਾ ਜਗੀ ਸਾਹਿਬ ਨੇ ਜੋ ਪੁਰਾਣਾ ਇਤਿਹਾਸ ਜੋ ਅੱਜ ਤੱਕ ਦਬਿਆ ਹੋਇਆ ਸੀਗਾ ਫਤਿਹ ਮਾਰਚ ਉਹ ਲਾਲ ਗਿੱਲੇ ਕਿੰਨੇ ਪ੍ਰੋਗਰਾਮ ਕਰਾਏ ਉਹ ਇਹਨਾਂ ਨੇ ਕਰਵਾਏ ਆ ਔਰ ਜਿਹੜੀ ਪਿਛਲੀ ਇਲੈਕਸ਼ਨ ਜਿੱਤੀ ਆ ਉਹ ਵੀ ਇਹਨਾਂ ਦੇ ਨਾਂ ਤੇ ਜਿੱਤੀ ਗਈ ਹੈ ਨਾ ਕਿ ਸਾਡੇ ਦੇ ਨਾਂ ਸਿਰਫ ਸਾਡੇ ਨਾਂ ਤੇ ਕੀ ਗੱਲ ਕਰ ਰਹੇ ਸਿਸ਼ਾ ਜੀ ਨੇ ਕਿਹਾ 2 ਸਾਲ ਬੇਮਿਸਾਲ ਨਹੀਂ ਉਹ ਜਿਹੜੀ ਪਹਿਲੀ ਇਲੈਕਸ਼ਨ ਜਦੋਂ ਇਲੈਕਸ਼ਨ ਹੋਈ ਆ ਇਹ ਇਲੈਕਸ਼ਨ ਨਹੀਂ 2 ਸਾਲ ਪਹਿਲਾਂ ਹੋਈ ਜੋ ਇਲੈਕਸ਼ਨ ਜਦੋਂ ਹੋਈ ਸੀ ਜੀਕੇ ਦੇ ਨਾਮ ਤੇ ਲੜੀ ਗਈ ਆ ਉਹ ਉਹਦੀ ਉਹਨਾਂ ਨੇ ਵੋਟ ਪਾਈ ਆ ਕਹਿੰਦਾ ਮਤਲਬ ਸੰਗਤਾਂ ਨੇ ਜਿਗਤ ਨਾ ਦੇ ਵੋਟ ਪਾਈ ਹੈ ਹਾਂਜੀ ਹਾਂਜੀ ਬਿਲਕੁਲ ਸਹੀ ਰਾਈਟ ਮਤਲਬ ਜਿਹੜੇ ਇਲਜ਼ਾਮ ਲੱਗੇ ਨੇ ਕਰਫਿਊ ਦੀ ਗੱਲ ਵੀ ਕਰਦੇ ਕੋਈ ਆ ਦੇਖੋ ਦੇਖੋ ਉਹ ਜੋ ਅੰਦਰਲੀ ਚੀਜ਼ਾਂ ਉਹਨਾਂ ਸੰਗਤ ਨੂੰ ਕਿੱਥੋਂ ਪਤਾ ਲੱਗਿਆ ਵੇ ਕੀ ਹੋਇਆ ਕੀ ਨਹੀਂ ਹੋਇਆ ਉਹ ਤਾਂ ਜਦੋਂ ਕੋਰਟ ਦੇ ਵਿੱਚ ਕੇਸ ਪਹੁੰਚ ਗਿਆ ਨਾ ਉਹ ਕੋਰਟ ਡਿਸਾਈਡ ਕਰੇਗੀ ਵੀ ਕੌਣ ਸੱਚਾ ਹੈ ਕੌਣ ਝੂਠਾ ਹੈ ਸੰਗਤ ਕਚੀਰ ਦੇ ਕੇਸ ਆ ਗਿਆ ਸੰਗਤ ਕਚੀਰ ਕੀ ਡਿਸਾਈਡ ਕਰ ਰਹੀ ਹੈ ਜਿਹਨੂੰ ਵੀ ਆਵਾਂਗੇ ਅਸੀਂ ਜਿਹਨੂੰ ਲਿਆਵਾਂਗੇ ਜਾਂ ਫਿਰ ਉਹੀ ਗੱਲ ਬਕੀ ਹੋਏਗੇ ਯਾਰ ਜਿਹਨੂੰ ਲਿਆਵਾਂਗੇ ਕੀ ਕੰਮ ਕੀਤਾ ਦੋ ਕੰਮ ਤਾਂ ਗਨੋ ਜੀਕੇ ਦੇ ਪੁਰਾਣਾ ਇਤਿਹਾਸ ਜੋ ਅੱਜ ਤੱਕ ਦਬਿਆ ਸੀ ਕਿਸੇ ਨੂੰ ਕੁਝ ਨਹੀਂ ਪਤਾ ਉਹ ਇਹਨਾਂ ਨੇ ਸਾਹਮਣੇ ਨਹੀਂ ਲਿਆਂਦਾ ਲਾਲ ਗੜ੍ਹ ਦੇ ਉਹ ਪ੍ਰੋਗਰਾਮ ਕੀਤੇ ਨੇ ਉਹ ਇਹਨਾਂ ਨੇ ਕੀਤੇ ਆ ਇਹ ਨਹੀਂ ਸੋਚ ਸੀ ਇਸ ਨਾਲ ਹੋਰ ਵੀ ਜਿਹਦਾ ਕਈ ਇਤਿਹਾਸ ਹੈਗੇ ਆ ਜੋ ਨਹੀਂ ਅਜੇ ਕਿਸੇ ਨੂੰ ਪਤਾ ਲੱਗਿਆ ਇਹ ਲੈ ਕੇ ਆਉਣਗੇ ਕੁਝ ਅਸੀਂ ਸਪੋਰਟ ਕਰਾਂਗੇ ਦੱਸਾਂਗੇ ਅਸੀਂ ਤੇ ਤੁਹਾਡੀ ਚਾਰਾ ਚਾਹੀਦਾ ਇੱਕੋ ਚਾਹੀਦਾ ਗਿਆ ਮਨਜੀਤ ਸਿੰਘ ਜੀ ਕੇ yes yes okay ਕੋਈ ਇੰਨੇ ਬੰਦੇ ਦੇ ਕੋਈ ਨਾ ਕਿਸੇ ਹੋਰ ਬੰਦਾ ਪਸੰਦ ਨਹੀਂ ਆਇਆ ਨਹੀਂ ਬਾਕੀ ਆਪਣੀ ਜਗੇ ਸਾਰੇ ਠੀਕ ਆ ਸੀ ਕਿਸੇ ਨੂੰ ਗਲਤ ਨਹੀਂ ਕਹਿੰਦੇ ਜੋ ਅੱਜ ਦੀ ਜੋ ਅੱਜ ਐਟਮੋਸਫੇਅਰ ਬਣ ਚੁੱਕਾ ਜੋ ਪੰਜ ਸਤਾਂ ਤੋਂ ਕੋਈ ਉਹਨੇ ਬਾਈਟ ਕੀਤੀ ਹੈ ਪੰਜ ਸਤਾਂ ਕਿਸੇ ਨੂੰ ਕੋਈ ਹੋਰ ਪਸੰਦ ਨਹੀਂ ਆਇਆ ਕਾਲਕਾ ਨਹੀਂ ਪਸੰਦ ਹਰ ਸਿੰਦਰ ਸਰਸਾ ਨਹੀਂ ਪਸੰਦ ਸਰਨਾ ਨਹੀਂ ਪਸੰਦ ਜਿਹੜੇ ਹੋ ਚੁੱਕੇ ਆ ਉਹਨਾਂ ਦੇ ਬਾਰੇ ਰਿਜ਼ਲਟ ਦੇਖ ਲਿਆ ਚੰਗਾ ਮਾੜਾ ਕੌਣ ਕੀ ਕੀ ਕੀਤਾ ਜੋ ਜਿਸ ਜੀ ਕੇ ਦੇ ਨਾਮ ਤੇ ਪਹਿਲਾਂ ਇਲੈਕਸ਼ਨ ਲੜੀ ਅੱਜ ਵੀ ਉਹਦੇ ਨਾਮ ਤੇ ਆਏਗੀ ਉਹ ਉਹਨਾਂ ਦੇ ਕੰਮ ਸਾਡੇ ਜੋ ਸੰਘ ਦੇ ਠੀਕ ਚੱਲ ਰਹਾ ਹੈ ਤੁਸੀਂ ਕੁਝ ਕਹਿਣਾ ਚਾਹੋਗੇ ਹਾਂਜੀ ਬਿਲਕੁਲ ਕਹਿਣਾ ਚਾਹਾਂਗਾ ਜੀ ਮੈਂ ਤੁਸੀਂ ਜਿਹੜਾ ਕਹਿ ਰਹੇ ਕਿ ਕਿਹੜੇ ਆਣੇ ਚਾਹੀਦਾ ਸੀ ਮੈਂ ਵੀ ਇਹ ਕਹਾਂਗਾ ਜੀ ਜੀਕੇ ਸਾਹਿਬ ਨੂੰ ਆਣਾ ਚਾਹੀਦਾ ਉਹਦਾ ਕਾਰਨ ਕੀ ਕਿਤਾ ਜੀਕੇ ਸਾਹਿਬ ਕਿੰਨਾ ਕੀ ਹੈ ਕਾਰਨ ਇਹ ਹੈਗਾ ਜੀ ਦੱਸਣਾ ਤੁਹਾਨੂੰ ਮੈਂ ਜਿਹੜੇ 84 ਵੀ ਸਾਲਾ ਹੋਇਆ ਹੈ ਉਹਦਾ ਜਿਹੜਾ ਮੈਮੋਰੀਅਲ ਬਣਾਇਆ ਪਹਿਲਾਂ ਜੀਕੇ ਸਾਹਿਬ ਨੇ ਅਨੁਮਾਇਆ ਸਾਡੇਦਰ ਬਣਾ ਪਿਆ ਸਾਡਾ ਬਣਾ ਪਿਆ ਜਿਹੜੇ ਸਿੱਖ ਸਾਡੇ ਅਫਗਾਨਿਸਤਾਨ ਜਿਹੜੇ ਬੰਸੀ ਉਹਨਾਂ ਨੂੰ ਛੁੜਵਾ ਕੇ ਲੈ ਕੇ ਆਣ ਉਹਨਾਂ ਨੂੰ ਦਿੱਲੀ ਲੈਣ ਵਾਲੇ ਕੋਈ ਜੀਕੇ ਸਾਹਿਬ ਹੈਗੇ ਨੇ ਉਹਨਾਂ ਨੂੰ ਇੱਥੇ ਦੀ ਕਾਨੂੰਨ ਵਿੱਚ ਜੁੜ ਕਿਹਾ ਲੜੇ ਦੀ ਕ腐ਸ਼ਨ ਦਾ ਜਾਨੂੰ ਜਿੱਕੇ ਸਾਹਤ ਨਹੀਂ ਲੱਗੇ ਨੇ ਵੀ ਜਿਹੜਾ ਕੰਮ ਘੱਮ ਕਰੇਗਾ ਕ腐ਸ਼ਨ ਉੱਥੇ ਹੀ ਲੱਗਣਾ ਹੈ ਕਿਉਂਕਿ ਜਿਹੜਾ ਕੰਮ ਕਰਦਾ ਹੈਗਾ ਉੱਥੇ ਹੀ ਬੰਦੇ ਜਿਆਦਾ ਉਂਗਲੀ ਕਰਦੇ ਨੇ ਕਿਉਂਕਿ ਕਿਉਂ ਕਿਉਂਕਿ ਜਿਹਦਾ ਕੰਮ ਕਰੇਗਾ ਉਹਦਾ ਨਾ ਹੋਏਗਾ ਜਿਹੜਾ ਕੰਮ ਨਹੀਂ ਕਰੇਗਾ ਉਹਦਾ ਕਿ ਕਿਥੇ ਇਲਜ਼ਾਮ ਆਣ ਨੇ ਉਹ ਕੰਮ ਕਰਦੇ ਪਹਿਲੇ ਤਾਂ ਨਿਯਮ ਆ ਰਹੇ ਨੇ ਉਹਤੇ ਸਾਡੇ ਕਿਤਾ 6 ਸਾਲਾਂ ਦਾ ਕੀ ਕੰਮ ਕੀਤਾ ਸਾਰੇ ਕ腐ਸ਼ਨ ਜਿਹੜੇ ਮੇਰੇ ਸਾਰੇ ਗੁਰਸਿੱਖ ਬੜੇ ਭਰਾ ਜਿਹੜੇ ਬਾਹਰ ਸੀ ਉਹਨਾਂ ਨੂੰ ਵੀ ਵਾਪਸੀ ਲੈ ਕੇ ਆਣਾ ਉਹਨਾਂ ਨੂੰ ਕਾਨੂੰਨ ਵਿਚ ਆਪਣਾ ਦਰਜਾ ਦਿਲਵਾਣਾ ਜਿਹੜੀ ਸਰਾਸੀ ਨੇ ਮਿਰਜ਼ਾ ਸਿਸਸਾ ਜੀ ਕਹਿੰਦੇ ਨੇ 2 ਸਾਲ ਬੇਮਿਸਾਲ ਤੇ ਉਹਨਾਂ ਨੂੰ 2 ਸਾਲ ਬੇਮਿਸਾਲ ਨਜ਼ਰ ਨਹੀਂ ਆ ਰਹੇ ਤੁਸੀਂ ਉਹ 2 ਸਾਲ ਵੇਖ ਰਹੇ ਹੋ ਐਂ ਦੇਖ ਰਹੇ ਜਿਹੜਾ ਨੇ ਸਾਲ ਤੋਂ ਉਹਦੇ ਪਿਤਾ ਜੀ ਜੀਕੇ ਸਾਹਿਬ ਦੇ ਇਹ ਕੰਮ ਕਰਦੇ ਆਏ ਨੇ ਸਾਰੀ 40 ਸਾਲ ਤੋ ਉਹ ਅੱਗੇ ਇਹ ਕਰਦੇ ਆਏ ਨੇ ਹੁਣ 2 ਸਾਲ ਵਿੱਚ ਇਹ ਤੱਕ ਕੀ ਹੈਗਾ ਤੁਸੀਂ ਇਹ ਦੱਸੋ ਨਾ ਮੈਨੂੰ ਗੱਲ ਦੱਸੋ ਕੰਮ ਤੁਸੀਂ ਇਹ ਦੇਖੋ ਜਿਹੜਾ ਬੰਦਾ ਇਤਨੇ ਸਾਲ ਤੋਂ ਕੰਮ ਕਰ ਰਿਹਾ ਹੈ ਔਰ ਉਹਦੇ ਦੇਖਦੇ ਹੋ ਅਰੇ 2 ਸਾਲ ਕਿਉਂ ਕਹ ਦਿੰਦੇ ਨੇ ਕਿਉਂਕਿ ਉਹ ਉਹਨਾਂ ਨੂੰ ਕੋਈ ਮਿਲ ਨਹੀਂ ਰਿਹਾ ਮੌਕਾ ਤੇ ਉਹਨਾਂ ਨੂੰ ਜਿਹੜਾ ਹੁਣ ਨਹੀਂ ਮਿਲ ਉਹ ਉਹ ਵੀ ਜਦ ਤੱਕ ਉਹ ਖੁੱਲੀ ਖੁੱਲੀ ਨਹੀਂ ਨਾ ਕੋਈ ਪਾਸ ਹੋਇਆ ਕੁਝ ਦਿਖਾਇ ਨਹੀਂ ਕਿਸ ਨੂੰ ਹੋਇਆ ਸਿਰਫ ਗੱਲ ਚਲਦੀ ਭਈ ਇੱਕ ਕੋਟ ਜਦੋਂ ਜਦ ਤੱਕ ਨਹੀਂ ਕਲੀਅਰ ਹੁੰਦਾ ਤਦ ਤੱਕ ਕਿਸ ਤਰ੍ਹਾਂ ਕਿਸ ਨੂੰ ਕਿਸੇ ਮਿਲਜ਼ਾਮ ਦੇ ਸਕਦੇ ਹੋ ਮਿਸਿੰਗ ਕਾਲ ਦਾ ਯੰਗ ਬਲੱਡ ਹੈਗੇ ਨੇ ਐਨੇ ਐਕਟਿਵ ਬੰਦੇ ਹੈਗੇ ਨੇ ਤੁਹਾਨੂੰ ਉਹ ਪਸੰਦ ਨਹੀਂ ਆ ਰਹੇ ਨਹੀਂ ਉਹ ਯੰਗ ਹੈਗੇ ਨੇ وہی ਤਾਂ ਹੈਗਾ ਜੰਗ ਹੈਗੇ ਨੇ ਪਰ ਉਹਨੂੰ ਇਹ ਨਹੀਂ ਪਤਾ ਨਾ ਕਿ ਇhtiyaas sire chalda aa rahe ਨੇ ਉਹ ਕਿਸਾ ਚਲਾंदे ਆਏ ਨੇ ਵੋ ਜਿਹੜੇ ਉਹਨਾਂ ਦੇ ਜੀਕੇ ਸਾਹਿਬ ਦੇ ਜਿਹੜੇ ਪਿਤਾ ਜੀ ਕਿੰਨੇ ਸਾਲ ਤੋਂ ਸੇਵਾ ਕਰਦੇ ਆਏ ਸੀ ਸਿੱਖਿਆ ਕਰਦੇ ਆਏ ਨੇ ਐਮ 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 ਸੇਵਾ ਕਰਦੇ ਆਏ ਐਮ ਐਲ ਏ ਰਹੇ ਨੇ ਪੰਜਾਬ ਦੇ ਅਦਰ ਮਿਨਿਸਟਰੀ ਰਹੀ ਹੈ ਉਹਨਾਂ ਨੂੰ ਨੌਲੇਜ ਹੈਗੀ ਹੈ ਉਹਨਾਂ ਨੂੰ ਤੁਹਾਨੂੰ ਸਿਰਸਾ ਹੀ ਪਸੰਦ ਕਿਉਂ ਨਹੀਂ ਆਏ ਫਿਰ ਹਾਂਜੀ ਸਿਰਸਾ ਹੀ ਸਿਰਸਾ ਹੀ ਕਰ ਰਹੇ ਹੋ ਬਾਕੀ ਜੀਕੇ ਸਾਹਿਬ ਕਾਲ ਕਾਜ ਨੂੰ ਪਸੰਦ ਹੀ ਨਹੀਂ ਆ ਰਹੇ ਜਿਹੜੀ ਹੈਗੀ ਹੈ ਜੀਕੇ ਸਾਹਿਬ ਜੀਕੇ ਸਾਹਿਬ ਜਿਹੜਾ ਕੰਮ ਕੀਤਾ ਤੇ ਉਹ ਹੀ ਦਿਖੇਗਾ ਨਾ ਬੰਦੇ ਦਾ ਜਿਹੜਾ ਬੰਦਾ ਕੰਮ ਕਰੇਗਾ ਉਹ ਹੀ ਦਿਖੇਗਾ ਨਾ ਸਾਹਮਣੇ ਜਿਹੜੇ ਜਿਹੜੇ ਕੇਸ ਹੋ ਰਹੇ ਨੇ ਜਿਹੜਾ ਕਮੋਰਦੇ ਪੈਨੇ ਜੀ ਟੈਟਰ ਸਾਹਿਬ ਦੇ ਨਾਲ ਕੇਸ ਖੁਲੇ ਨੇ ਕਿੰਨੇ ਖੁਲੇ ਨੇ ਜੇ ਜੀਕੇ ਸਾਹਮਣੇ ਖੋਲ ਲੈਣਾ ਸਾਰੇ ਕਮ ਜੀਕੇ ਸਾਹਮਣੇ ਕਿਤੇ ਨੇ ਤਾਂ ਕਿਉਂ ਨਹੀਂ ਹੋਏਗਾ ਇਸ ਲਈ ਉਹਨਾਂ ਦਾ ਖਿਲਾਫ ਐਕਸ਼ਨ ਹੋ ਰਿਹਾ ਨੇ 2021 ਜੇ ਬਣੀ ਜੀਕੇ ਸਾਹਿਬ ਵੀ ਬਣਾ ਸਕਦੇ ਨੇ ਕੋਈ ਹੋਰ ਵੀ ਬਣ ਸਕਦਾ ਬਿਲਕੁਲ ਬੰਨਾ ਬੰਨਾ ਚਾਹੀਦਾ ਵੀ ਨੇ ਕਿਉਂ ਹੈ ਉਹ ਜੀ ਕੀ ਗੱਲ ਕਰ ਰਹੇ ਯਾਰ ਮਤਲਬ 2 ਸਾਲ ਬੇਵਿਸਾਰ ਨੰਨਾਰਾ ਪਿੱਛੇ ਤੁਸੀਂ ਕਰਤਾ ਉਹਨਾਂ ਨੂੰ ਬੰਨਾ ਚਾਹੀਦਾ ਹੈ ਜੀ ਬੰਨਾ ਚਾਹੀਦਾ ਮਗਰ ਸਿਸਾ ਜੀ ਕਿਉਂ ਨਹੀਂ ਬੰਨੇ ਚਾਹੀਦੇ ਜਿਹੜੇ ਉਹਨਾਂ ਸੀ ਕੀ ਕਹਿ ਰਹੇ ਜਿਹੜਾ ਜਿਹੜਾ ਹਾਲ ਹੀ ਹਾਲ ਹੋਇਆ ਪਿਆ ਜਿਹੜੇ ਸਕੂਲਾਂ ਵਿੱਚ ਲੋਕਾਂ ਤੋਂ ਫੀਸ ਨਹੀਂ ਦੀ ਜਾ ਰਹੀ ਟੀਚਰਾਂ ਨੂੰ ਕਮੇਟੀ ਅੰਦਰ ਲੋਕਾਂ ਨੂੰ ਜਿਹੜ ਲੰਗਰ ਦੀ ਸੇਵਾ ਕੀਤੀ ਹੈ 40 45 ਕਰੋੜ ਰੁਪਏ ਬੋਲੇ ਦਿੱਲੀ ਵਾਲੀ ਤੁਸੀਂ ਫੀਸ ਨਾ ਦਿਓ ਲੋਕਾਂ ਦੇ ਲੋਕਾਂ ਦੇ ਕਰ ਖਾਣਾ ਨਹੀਂ ਆਏਗਾ ਤੁਸੀਂ ਬਾਹਰ ਲੋਕਾਂ ਇਸ ਲੰਗਰ ਦੀ ਸੇਵਾ ਕਰਕੇ ਦਿਖਾ ਰਹੇ ਹੋ ਬਾਕੀ ਕੁਝ ਨਹੀਂ ਕਰ ਰਹੇ